ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਮੰਤਰੀ ਪੰਜਾਬ। ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਾਡੀ ਸਰਕਾਰ ਨੇ ਹੁਣ ਡਿਸਾਈਡ ਕੀਤਾ, ਅਸੀਂ ਇੱਕ ਨੋਟਿਸ ਕੱਢ ਕੇ, ਜਿਹੜੀ ਕਨਫਿਊਜ਼ਨ ਸੀ ਪੰਜਾਬ ਦੇ ਵਿੱਚ, ਕਿਸਾਨਾਂ ਦੇ ਵਿੱਚ, ਕਿ ਸ਼ਾਇਦ ਪਰਾਲੀ ਦੇ ਜਿਹੜੇ ਰੈੱਡ ਨੋਟਿਸ ਹੋਏ ਜਾਂ ਕਿਸੇ ਕਿਸਾਨ ਦੇ ਖਿਲਾਫ਼ ਕੇਸ ਹੋਇਆ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਮੈਂ ਵੀ ਲਗਾਤਾਰ ਜਦੋਂ ਦਾ ਪਰਾਲੀ ਦਾ ਮਹੱਲਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਇੱਕੋ ਹੀ ਲਾਈਨ ਸੀ, ਅੱਜ ਵੀ ਹੋਈ ਹੈ, ਕਿ ਪਰਾਲੀ ਦਾ ਮੁੱਦਾ ਕਿਸਾਨਾਂ ਨੂੰ ਸਜ਼ਾ ਦੇਣ ਨਾਲ ਨਹੀਂ, ਪਰਾਲੀ ਦਾ ਮੁੱਦਾ ਕਿਸਾਨਾਂ ਦੇ ਨਾਲ ਸਹਿਯੋਗ ਕਰਨ ਨਾਲ ਹੱਲ ਹੋਣਾ। ਪਰ ਉਸ ਸਮੇਂ, ਕਿਉਂਕਿ ਬੀਜੇਪੀ ਗੁਜਰਾਤ ਦੀ ਇਲੈਕਸ਼ਨ ਕਰਕੇ ਸਾਨੂੰ ਬਦਨਾਮ ਕਰ ਰਹੀ ਸੀਗੀ, ਗਰੀਬ ਟ੍ਰਿਬਿਊਨਲ ਦੇ ਰਾਹੀਂ ਪੰਜਾਬ ਦੇ ਕੁਝ ਅਫਸਰਾਂ 'ਤੇ ਦਬਾਅ ਪਾ ਕੇ ਕੁਝ ਥਾਵਾਂ ਦੇ ਉੱਤੇ ਜਿਹੜੇ ਉਹ ਜਿਹੜੇ ਇਹ ਲਾਲ ਜਿਹੜੇ ਫਰਮਾਨ ਆ ਜਾਰੀ ਕੀਤੇ ਗਏ, ਪਰ ਅਸੀਂ ਉਹ ਸਭ ਜਿਹੜੇ ਵਾਪਸ ਕਰ ਰਹੇ ਹਾਂ। ਅਸੀਂ ਤਾਂ ਪਹਿਲਾਂ ਕਿਸੇ ਵੀ ਅਫਸਰ ਨੂੰ, ਮੈਂ ਖੇਤੀਬਾੜੀ ਮੰਤਰੀ ਹਾਂ, ਮਾਨ ਸਾਹਿਬ ਵੱਲੋਂ ਕਿਸੇ ਅਧਿਕਾਰੀ ਨੂੰ ਕਦੀ ਕਿਸੇ ਸਟੇਟਮੈਂਟ ਦੇ ਵਿੱਚ, ਕਦੀ ਕਿਸੇ ਟੀਵੀ ਦੇ ਉੱਤੇ, ਕਦੀ ਕਿਸੇ ਚੈਨਲ ਦੇ ਉੱਤੇ, ਸਾਡੀ ਹਮੇਸ਼ਾ ਹੀ ਇਹੀ ਲਾਈਨ ਹੈ, ਅੱਜ ਵੀ ਇਹੀ ਲਾਈਨ ਹੈ, ਕਿ ਕਿਸਾਨਾਂ ਨੂੰ ਸਜ਼ਾ ਨਹੀਂ, ਪਰਾਲੀ ਦੇ ਮਾਮਲੇ 'ਤੇ ਸਹਿਯੋਗ ਦੀ ਲੋੜ ਹੈ। ਸੋ ਜਿੱਦਾਂ ਤੁਸੀਂ ਐਤਕਾ ਸਹਿਯੋਗ ਕੀਤਾ, 30% ਗਿਰਾਵਟ ਆਈ ਆ ਪੰਜਾਬ ਦੇ ਕਿਸਾਨਾਂ ਦੇ ਸਹਿਯੋਗ ਕਰਕੇ, ਮੈਂ ਕਿਸਾਨਾਂ ਦਾ ਬਹੁਤ ਧੰਨਵਾਦੀ ਵੀ ਹਾਂ, ਉਹਨਾਂ ਦਾ ਧੰਨਵਾਦ ਕਰਦਾ। ਉਹ ਆਸ ਕਰੂੰਗਾ ਐਤਕਾ 30% ਹੋਇਆ, ਅਗਲੀ ਵਾਰ ਆਪਾਂ 60% ਜਿਹੜਾ ਉਹ ਪਰਾਲੀ ਦੀਆਂ ਅੱਗ ਲਾਉਂਦੀਆਂ ਘਟਨਾਵਾਂ ਜਿਹੜੀਆਂ ਡਾਊਨ ਕਰਦੀਆਂ। ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮਾਨ ਸਾਹਿਬ ਦੀ ਸਰਕਾਰ ਦੇ ਹੁੰਦਿਆਂ ਕਿਸੇ ਕਿਸਾਨ ਦਾ ਕੋਈ ਲੀਗਲੀ ਨੁਕਸਾਨ ਨਹੀਂ ਹੋਊਗਾ, ਕਿਸੇ ਦੇ ਖਿਲਾਫ਼ ਕੋਈ ਕੇਸ ਨਹੀਂ ਹੋਊਗਾ। ਅਸੀਂ ਬਕਾਇਦਾ ਚਿੱਠੀ ਕੱਢਤੀ ਆ, ਸਭ ਡੀਸੀਆਂ ਨੂੰ ਹਦਾਇਤ ਕਰਤੀ ਆ, ਜਿੱਥੇ ਵੀ ਕਿਸੇ ਕਿਸਾਨ ਵੀਰ ਦਾ ਹੈਗਾ, ਜੇ ਕਿਸੇ ਨੂੰ ਨਹੀਂ ਕੋਈ ਅਫਸਰ ਸਹਿਯੋਗ ਦਿੰਦਾ ਤਾਂ ਮੇਰੇ ਨਾਲ ਜਿਹੜਾ ਸੰਪਰਕ ਕਰੇ। ਬਸ ਮੈਂ ਇਹੀ ਤੁਹਾਨੂੰ ਕਹਿਣਾ ਸੀ, ਬਸ ਤੁਹਾਡਾ ਧੰਨਵਾਦ ਕਰਨਾ ਸੀਗਾ ਕਿ ਤੁਸੀਂ ਇੰਨਾ ਸਹਿਯੋਗ ਕੀਤਾ ਕਿ ਅਸੀਂ 30% ਜਿਹੜਾ ਉਹ ਗਿਰਾਵਟ ਲਿਆ ਸਕੇ ਪਰਾਲੀ ਨੂੰ ਅੱਗ ਲਾਉਂਦੀ ਆ ਘਟਨਾਵਾਂ ਦੇ ਵਿੱਚ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।